ਗਰੀਬਾਂ ਦੀ ਰੱਖਿਆ, ਗਰੀਬਾਂ ਦੀ ਬਾਂਹ ਫੜੀ ਬਣੀ ਫੜੀ ਆਈ ਸਕਦੇ ਨੇ ਫਿਰ ਅੱਗੇ ਦਰਸ਼ਨ ਦੇ ਦਿਓ। ਕਹਿੰਦੇ ਜੇ ਦਰਸ਼ਨ ਨਹੀਂ ਦੇਣੇ ਤੇ ਸਰੀਰ ਦੇ ਵਿੱਚੋਂ ਜਾਨ ਕੱਢ ਦਿਓ। ਪਰ ਉਹੀ ਜਾਂਦਾ ਸਤਿਗੁਰੂ, ਜੇ ਦਰਸ਼ਨ ਨਹੀਂ ਦੇਣੇ ਫਿਰ ਮੈਂ ਸੰਸਾਰ ਦੇ ਵਿੱਚ ਜੀ ਕੇ ਵੀ ਕੀ ਕਰਾਂਗਾ। ਬਾਬਾ ਫਰੀਦ ਬੈਠਾ ਸੀ ਨਾ, 36 ਸਾਲ ਲੰਘ ਗਏ ਸੀ, 36 ਸਾਲ ਗਲ ਵਿੱਚ ਲੱਕੜ ਦੀ ਰੋਟੀ ਬਣਾ ਕੇ ਪਾ ਲਈ। ਕਾਂ ਆਉਂਦੇ ਆ, ਚੁੰਘੇ ਮਾਰਦੇ ਆ, ਮਾਂ ਸਲੋਚ ਕੇ ਉੱਡ ਜਾਂਦੇ ਆ। ਕਾਗਾ ਕਰੰਗ ਡੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹੋ ਪੈਂਦੇ। ਸਾਚ ਕਹੋ ਸੁਣ ਲਿਖੋ ਸਵੈ ਜਿਨ ਪ੍ਰੇਮ ਕੀਓ। ਸਿੰਘ ਕਹਿਣ ਲੱਗੇ ਬਾਜਾਂ ਵਾਲਿਆ, ਸਤਿਗੁਰ ਜੇ ਬੇੜੇ ਵਿੱਚ ਪੈਣਾ ਸੀ ਪਿੱਛੇ ਏਡੇ ਸੋਹਣੇ ਸੋਹਣੇ ਬੇੜੇ। ਮਹਾਰਾਜ ਕਹਿੰਦੇ ਕੀ ਕਰਾਂ ਸੋਹਣਿਆਂ ਬੇੜਿਆਂ ਨੂੰ, ਉਹ ਇਹਨਾਂ ਬੇੜਿਆਂ ਵਾਲਿਆਂ ਦੇ ਮਨ ਸੋਹਣੇ ਨਹੀਂ। ਪੁੱਛਦੇ ਆ ਮੇਰਾ ਮਾਲਕ ਦਾਤਾ ਪੁੱਛਦਾ, ਕਹਿੰਦੇ ਬੇੜੇ ਦਾ ਮੜਾਹ ਕਿੱਥੇ ਹੈ? ਸਤਿਗੁਰੂ ਉਹ ਕੁੱਲੀ ਦੇ ਵਿੱਚ ਬਹਿ ਕੇ ਰੋਈ ਜਾਂਦਾ, ਬਸ ਪੁੱਛਦੇ ਆ ਕੀ ਹੋਇਆ, ਦੱਸਦਾ ਨਹੀਂ, ਰੋਈ ਜਾਂਦਾ ਅੱਖਾਂ ਚੋਂ ਹੰਝੂ ਨਹੀਂ। ਭਾਈ ਉਸ ਵੇਲੇ ਦਿਆ ਸਿੰਘ ਕਹਿਣ ਲੱਗੇ, ਮਹਾਰਾਜ ਜੇ ਕਿਰਪਾ ਕਰੋ ਕਹੋ ਤਾਂ ਮੈਂ ਬੁਲਾ ਕੇ ਲਿਆਵਾਂ। ਮਹਾਰਾਜ ਕਹਿੰਦੇ ਓਏ, ਜਿਹਦੇ ਪਿਆਰ ਦਾ ਬੱਚਾ ਇੱਥੇ ਤੱਕ ਆ ਗਿਆ ਨਾ, ਉਹਦੇ ਕੋਲ ਵੀ ਜਾਵਾਂ। ਬਾਕੀ ਦੇ ਮਲਾਹਾਂ ਨੂੰ ਜਦੋਂ ਪਤਾ ਲੱਗਿਆ ਨਾ, ਬਾਜਾਂ ਵਾਲੇ ਸਤਿਗੁਰੂ ਆਏ ਹੈ, ਸਤਿਗੁਰੂ ਜੀ ਆਏ ਨੇ, ਇੱਕ ਦੂਜੀ ਨੂੰ ਆਵਾਜ਼ਾਂ ਮਾਰਦੇ ਆ, ਕਹਿੰਦੇ ਸਿੰਘੋ ਉਹ ਅਨੰਦਪੁਰ ਦਾ ਵਾਸੀ ਆਇਆ, ਜੇ ਆਪਣੇ ਕੋਲ ਜਾਣ ਦਾ ਸਮਾਂ